मैं और नीरू बहुत लड़े हुए ने, ਅਸੀਂ ਲੜਦੇ ਰਹਿੰਦੇ ਆ ਤੇ ਅਸੀਂ ਲੜਦੇ ਰਹਿੰਦੇ ਆ ਤੇ ਅਸੀਂ ਇਕੱਠੇ ਸ਼ੂਟ ਕਰਨ ਨੂੰ ਮਨਾ ਕਰਤਾ ਤੇ ਅਸੀਂ ਪ੍ਰਮੋਸ਼ਨ ਕਰਨ ਨੂੰ ਮਨਾ ਕਰਤਾ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੇਰੀਆਂ ਦੇਖ ਰਹੇ ਹੋ ਤੁਸੀਂ ਤੇ ਮੇਰੇ ਨਾਲ ਅੱਜ ਮੌਜੂਦ ਨੇ ਜਿੰਦੂਆ ਮੂਵੀ ਦੇ ਕਲਮਾ ਯਾਨੀ ਕਿ ਜਿਮੀ ਸ਼ੇਰਲੀ ਜੀ ਐਂਡ ਸਗੀਰ ਯਾਨੀ ਕਿ ਸਰਗੁਣ ਮਹਿਤਾ ਜੀ। ਜਿਮੀ ਜੀ, ਸਰਗੁਣ ਜੀ, ਵੈਲਕਮ ਟੂ ਪੰਜਾਬ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਟ੍ਰੇਲਰ ਤੋਂ ਸ਼ੁਰੂ ਕਰਦੇ ਹਾਂ। ਮੂਵੀ ਦਾ ਟ੍ਰੇਲਰ ਆ ਚੁੱਕਿਆ ਹੈ ਤੇ ਦੋ ਗਾਣੇ ਆ ਚੁੱਕੇ ਹੈ। ਇਹ ਬੜੀ ਫਰੈਸ਼ ਲੁੱਕ ਆ ਰਹੀ ਹੈ, ਲੋਕੇਸ਼ਨਸ ਵਾਈਜ਼ ਤੇ ਸਟੋਰੀ ਵਾਈਜ਼, ਰੋਮਾਂਟਿਕ ਐਲੀਮੈਂਟ, ਡਰਾਮਾ ਬਹੁਤ ਅੱਛਾ ਫੀਲ ਆ ਰਿਹਾ ਹੈ। ਇਹ ਕੀ ਕਹਿਣਾ ਚਾਹੋਗੇ ਕਿ ਇਮੋਸ਼ਨਸ ਤੇ ਰੋਮਾਂਟਿਕ ਫਿਲਮ ਲੈ ਕੇ ਆ ਰਹੇ ਹੋ? ਪੰਜਾਬੀ ਸਿਨੇਮਾ ਬਹੁਤ ਘੱਟ ਆਈਆਂ ਨੇ, ਕੀ ਕਹਿਣਾ ਚਾਹੋਗੇ? ਹਾਂਜੀ, ਰੋਮਾਂਟਿਕ ਫਿਲਮ ਹੈਗੀ, ਮਤਲਬ ਟ੍ਰਾਇੰਗਲ ਟਾਈਪ ਹੈਗਾ ਕੁਛ ਕਹਾਣੀਆਂ ਤਾਂ। ਜੇ ਤੁਸੀਂ ਲਵ ਸਟੋਰੀ ਦੀ ਗੱਲ ਕਰੋਗੇ ਉਸੇ ਵੀ ਹੁੰਦੀ ਹੈ, ਇੱਕ ਮੁੰਡਾ ਇੱਕ ਕੁੜੀ, ਦੋ ਕੁੜੀਆਂ ਇੱਕ ਮੁੰਡਾ, ਦੋ ਮੁੰਡੇ ਇੱਕ ਕੁੜੀ, ਕਿਤੇ ਨਾ ਕਿਤੇ ਕੁਛ ਜਦੋਂ ਤੁਸੀਂ ਇੱਕ ਫਿਲਮ ਬਣਾ ਰਹੇ ਹੁੰਦੇ ਹੋ ਲਵ ਸਟੋਰੀ, ਉਹਦੇ ਕੁਛ ਡਿਫਰੈਂਟ ਕਰਨ ਦੀ ਲੋੜ ਤਾਂ ਪੈਂਦੀ ਹੋਏ, ਅਦਰਵਾਈਜ਼ ਸਭ ਸੇਮ ਹੀ ਹੋ ਜਾਂਦਾ। ਇਹਦੇ ਵਿੱਚ ਇੱਕ ਫਰੈਸ਼ਨੈਸ ਹੈਗੀ ਹੈ ਫਿਲਮ ਦੇ ਵਿੱਚ, ਅਤੇ ਉਸ ਤੋਂ ਇਲਾਵਾ ਕਹਾਣੀ ਜਿਹੜੀ ਹੈਗੀ ਹੈ ਉਹ ਉਸ ਟਾਈਪ ਦੀ ਹੈ, ਇਲੀਗਲ ਇਮੀਗ੍ਰੈਂਟ ਉੱਥੋਂ ਜਾਂਦੇ ਨੇ ਅਤੇ ਅਸੀਂ ਬਾਹਰ ਜਾ ਕੇ ਮਿਹਨਤ ਕਰਾਂਗੇ ਕੁਛ ਪੜ੍ਹਨਾ। ਟ੍ਰੇਲਰ ਦੇ ਵਿੱਚ ਵੀ ਤੁਸੀਂ ਦੇਖਿਆ ਮੁੰਡਾ ਕਹਿੰਦਾ ਇੱਥੇ ਡੋਲਰ ਕਮਾਉਣਾ ਆਇਆ ਸੀ ਇਸ਼ਕ ਕਰਨ ਲਈ, ਸੋ ਉਸ ਟਾਈਪ ਦਾ ਕਹਾਣੀ ਅਤੇ ਉਮੀਦ ਕਰਦੇ ਨੇ ਲੋਕਾਂ ਨੂੰ ਪਸੰਦ ਆ। ਜੀ, ਫਿਲਮ ਬਾਰੇ ਤਾਂ ਅਸੀਂ ਦੋਨੋਂ ਇੱਕ ਹੀ ਸੋਚ ਰੱਖਦੇ ਹਾਂ, ਹੈ ਨਾ। ਫਿਲਮ 'ਚ ਸਭ ਕੁਛ ਹੈਗਾ, ਐਂਟਰਟੇਨਮੈਂਟ ਵੀ ਹੈਗੀ, ਕਾਮੇਡੀ ਵੀ ਹੈਗੀ, ਲਾਈਟ ਹਾਰਟਡ ਵੀ ਹੈਗਾ, ਰੋਮਾਂਸ ਵੀ ਹੈਗਾ, ਐਵਰੀਥਿੰਗ ਦੈਟ ਯੂ ਨੀਡ ਇਨ ਅ ਕੰਪਲੀਟ ਐਂਟਰਟੇਨਰ। ਅਤੇ ਵੀ ਆਰ ਹੋਪਿੰਗ ਕਿ ਤੁਹਾਨੂੰ ਉਹ ਵੀ ਥਾਰੋਲੀ ਐਂਟਰਟੇਨ ਕਰੂਗੀ। ਠੀਕ ਹੈ। ਅਤੇ ਜਿਵੇਂ ਜੀ, ਤੁਹਾਡਾ ਮੂਵੀ 'ਚ ਤੁਸੀਂ ਕਰਮਾ ਨਾਮ ਦਾ ਕਰੈਕਟਰ ਪਲੇ ਕਰ ਰਹੇ ਹੋ, ਅਤੇ ਇਹ ਤੁਸੀਂ ਦੱਸਤਾ ਇਲੀਗਲ ਇਮੀਗ੍ਰੈਂਟ ਹੈ, ਥੋੜ੍ਹਾ ਹੋਰ ਦੱਸੋ ਇਸ ਕਰੈਕਟਰ ਬਾਰੇ ਕਿ ਇਹ ਕਿੱਦਾਂ ਪਿਆਰ 'ਚ ਪੈ, ਜਿਵੇਂ ਤੁਹਾਡੇ ਡਾਇਲੋਗ ਹੈ ਮੂਵੀ 'ਚ ਕਿ ਮੈਂ ਇੱਥੇ ਡਾਲਰ ਡਾਲਰ ਕਮਾਉਣ ਆਇਆ ਸੀ ਅਤੇ ਕਿੱਥੇ ਮੈਂ ਇਸ਼ਕ ਪੈ ਗਿਆ, ਥੋੜ੍ਹਾ ਕਰੈਕਟਰ ਬਾਰੇ ਦੱਸੋ। ਮੇਰੇ ਕਿਰਦਾਰ ਦਾ ਨਾਂ ਹੈ ਕਰਮਾ ਕਰਮਜੀਤ ਸਿੰਘ। ਵਿਚਾਰੇ ਲੁੱਕ ਲੁੱਕ ਕੇ ਕੰਮ ਕਰਦੇ ਨੇ, ਓਪਨਲੀ ਕਰ ਨਹੀਂ ਸਕਦੇ, ਵਿਚਾਰੇ ਨੂੰ ਹੁੰਦਾ ਵੀ ਸਾਡੀ ਵੀ ਪੀ ਆਰ ਲੱਗ ਜਾਵੇ, ਕਿਹੋ ਜਿਹੀ ਅਸੀਂ ਇੱਥੇ ਅਤੇ ਮਿਹਨਤ ਕਰਕੇ ਕੁਛ ਬਣੀਏ, ਪੈਸੇ ਕਮਾ ਕੇ ਉਦੋਂ ਵੀ ਕਰਕੇ ਵਾਪਸ ਕਰੀਏ, ਭੇਜਦਾ ਹੈ ਸਾਰਾ ਕੁਛ ਕਰਦਾ। ਇਮੋਸ਼ਨ ਵੀ ਹੈਗੇ ਨੇ ਉਸ ਦੇ ਵਿੱਚ, ਅਤੇ ਕਰਮਾ ਬਾਕੀ ਵੀ ਪਿਆਰ ਤਾਂ ਜੀ ਰੋਕ ਨਹੀਂ ਸਕਦੇ, ਕਦੇ ਜੇ ਹੋਣਾ ਹੁੰਦਾ ਹੈ ਹੋ ਜਾਂਦਾ, ਅੱਗੇ ਕੀ ਹੁੰਦਾ ਹੈ ਉਹ ਉਹਦੇ ਲਈ ਤੁਹਾਨੂੰ ਕਰਨ ਦੇ। ਠੀਕ ਹੈ ਜੀ। ਅਤੇ ਜਿੰਨੂਆ ਇੱਕ ਲਵ ਟ੍ਰਾਇੰਗਲ ਲੱਗ ਰਿਹਾ ਹੈ ਟ੍ਰੇਲਰ ਤੋਂ, ਅਤੇ ਟ੍ਰਾਇੰਗਲ ਦਾ ਤੀਜਾ ਪੁਆਇੰਟ ਨੀਰੂ ਬਾਜਵਾ ਜੀ ਅੱਜ ਮਿਸਿੰਗ ਨੇ, ਕੈਨੇਡਾ ਗਏ ਹੋਏ ਨੇ ਇਸ ਟਾਈਮ, ਅਤੇ ਤੁਹਾਡਾ ਜਿਵੇਂ ਸਰ ਤੁਹਾਡੀ ਚੌਥੀ ਫਿਲਮ ਹੈ ਨੀਰੂ ਬਾਜਵਾ ਜੀ ਨਾਲ, ਅਤੇ ਸਰ ਨੂੰ ਤੁਸੀਂ ਫਸਟ ਟਾਈਮ ਕੰਮ ਕਰ ਰਹੇ ਹੋ, ਆਪਣਾ ਆਪਣਾ ਐਕਸਪੀਰੀਅੰਸ ਦੱਸੋ ਨੀਰੂ ਬਾਜਵਾ ਜੀ ਨਾਲ ਕੰਮ। ਬਲੈਂਕ ਕਿਉਂ ਹੋ ਜਾਂਦੇ ਹੋ? ਕੁਛ ਵੀ ਕਿੱਥੇ ਨਾ ਕਿਤੇ ਨਾ ਚੇਤ ਨਹੀਂ ਨਹੀਂ ਮੈਂ ਸਾਰਿਆਂ ਨੂੰ ਇਹੀ ਦੱਸ ਰਹੀ ਹਾਂ ਕਿ ਜਿਹੜੀ ਮੈਂ ਪਹਿਲੀ ਪੰਜਾਬੀ ਫਿਲਮ ਦੇਖੀ ਸੀ ਉਹ ਨੀਰੂ ਬਾਜਵਾ ਦੀ ਸੀ, ਜੱਟ ਜੂਲੀਅਟ। ਸ਼ੀ ਵਾਜ਼ ਮਾਈ ਇੰਟਰੋਡਕਸ਼ਨ ਟੂ ਪੰਜਾਬੀ ਫਿਲਮ ਇੰਡਸਟਰੀ।
ਅਤੇ ਮੈਨੂੰ ਉਹਨਾਂ ਦਾ ਕੰਮ ਵੀ ਬਹੁਤ ਚੰਗਾ ਲੱਗਦਾ ਹੈ ਅਤੇ ਇਟ ਵਾਜ਼ ਅ ਵੈਰੀ ਵੈਰੀ ਬਿਗ ਡੀਲ ਦੈਟ ਵੀ ਹੈਡ ਸੱਚ ਅ ਸੁਪਰਬ ਕਾਸਟ ਟੁਗੈਦਰ ਅਤੇ ਉੱਥੇ ਜਿੰਮੀ ਵੀ ਸੀ ਅਤੇ ਨੀਰੂ ਵੀ ਸੀ ਐਨ ਯੂ ਨੋ ਲੱਗਦਾ ਸੀ ਕਿ ਥੋੜ੍ਹੀ ਜਿਹੀ ਪ੍ਰੋਬਲਮਸ ਹੋਣਗੀਆਂ ਚਾਹੇ ਉਹ ਜਿੰਮੀ ਦੇ ਨਾਲ ਸੀ ਚਾਹੇ ਉਹ ਨੀਰੂ ਦੇ ਨਾਲ ਸੀ ਮੈਨੂੰ ਲੱਗਦਾ ਸੀ ਕਿ ਦੋਨਾਂ ਨੇ ਬਹੁਤ ਕੰਮ ਕੀਤਾ ਹੈ ਆਪਸ 'ਚ ਵੀ ਕੀਤਾ ਹੈ ਟੀਮ ਨਾਲ ਵੀ ਕੀਤਾ ਅਤੇ ਆਈ ਵਾਜ਼ ਆਊਟਸਾਈਡਰ ਦ ਨਿਊ ਕਮਰ ਬਟ ਉਹ ਪ੍ਰੋਬਲਮਸ ਬਿਲਕੁਲ ਵੀ ਨਹੀਂ ਹੋਈਆਂ ਹੀ ਵਾਜ਼ ਵੈਰੀ ਨਾਈਸ ਸ਼ੀ ਵਾਜ਼ ਵੈਰੀ ਵੈਰੀ ਨਾਈਸ ਅਤੇ ਦੋਨਾਂ ਨੇ ਬਹੁਤ ਕੰਫਰਟੇਬਲ ਫੀਲ ਕਰਾਇਆ ਜੀ ਆਉਂਦੇ ਸੀ ਚਾਹ ਸੀ ਉਹਦਾ ਨਾਲ ਵੀ ਜੋ ਵੀ ਨਿਕਲਦਾ ਹੈ ਉਹ ਕਰਨ ਵਾਲੇ ਨਿਕਲਦੇ ਤੁਹਾਡੀ ਕਰਨੀਤ ਸਿੰਘ ਜੀ ਨਾਲ ਬੜੀ ਪੁਰਾਣੀ ਐਸੋਸੀਏਸ਼ਨ ਹੈ ਅਜਿਹੀ ਮੁਹੱਬਤ ਦੇ ਟਾਈਮ ਤੋਂ ਉਹ ਫਿਲਮ ਅਸਿਸਟੈਂਟ ਸੀ ਅਤੇ ਤੁਸੀਂ ਉਹਦੇ 'ਚ ਐਕਟਰ ਸੀਗੇ ਅਤੇ ਕਾਫੀ ਪੁਰਾਣੀ ਐਸੋਸੀਏਸ਼ਨ ਹੈ ਤੁਹਾਡੀ ਕਰਨੀਤ ਸਿੰਘ ਜੀ ਨਾਲ ਅਤੇ ਸੱਤਵੀਂ ਫਿਲਮ ਇਕੱਠੇ ਕਰ ਪਿਛਲੀ ਵਾਰੀ ਜਦੋਂ ਤੁਸੀਂ ਸ਼ਰੀਕ ਬਣਾਈ ਸੀ ਉਹਦੇ ਲਈ ਇੱਕ ਡਿਫਰੈਂਟ ਰੋਲ ਸੀਗਾ ਉਹਦੇ ਲਈ ਜਿਹੜਾ ਹੁੰਦਾ ਜਿਹੜਾ ਐਕਟਰ ਪ੍ਰਿਪੇਅਰ ਕਰਦਾ ਹੈ ਜਿਹੜੇ ਕਰਦਾ ਹੈ ਸਾਰਾ ਕੁਛ ਹੁੰਦਾ ਕਿਤੇ ਨਾ ਕਿਤੇ ਰੋਲ ਦੇ ਹਿਸਾਬ ਨਾਲ ਟਾਈਮ ਚਾਹੀਦਾ ਹੁੰਦਾ ਹੈ ਇਹ ਕਰਨਾ ਹੈ ਜੱਸੇ ਦਾ ਰੋਲ ਸੀ ਮੇਰੇ ਲਈ ਬਹੁਤ ਯਾਦਗਾਰ ਉਸ ਤੋਂ ਬਾਅਦ ਜਦੋਂ ਜਿੰਦੂਆ ਲੈ ਕੇ ਆਏ ਸਿੱਧਾ ਕਹਿਤਾ ਸੀਗਾ ਵੀ ਕਿ ਮੈਂ ਥੋੜ੍ਹੀ ਯੰਗ ਜਿਹੀ ਫਿਲਮ ਬਣਾਉਣੀ ਅਤੇ ਉਸ ਟਾਈਪ ਦਾ ਹੈਗਾ ਅਤੇ ਤੁਸੀਂ ਹੁਣ ਆਪਾਂ ਕਿਵੇਂ ਕਰਾਂਗੇ ਉਹਦੇ ਲਈ ਵੇਟ ਲੂਜ਼ ਕਰਕੇ ਸਾਰਾ ਕੁਛ ਕਰਕੇ ਫਰੈਸ਼ਨੈਸ ਉਹਨੇ ਇੰਨਾ ਕੁ ਕਿਹਾ ਸੀ ਤੇਰਾ ਮੇਰਾ ਕੀ ਰਿਸ਼ਤਾ ਟਾਈਪ ਲੁੱਕ ਲੈ ਕੇ ਆਈ ਵਧੀਆ ਲੱਗਦਾ ਜਦੋਂ ਮੌਕਾ ਮਿਲਦਾ ਐਜ਼ ਐਨ ਐਕਟਰ ਕਿ ਮਿਹਨਤ ਕਰੀਏ ਕੁਛ ਕੋਈ ਬੰਦਾ ਕਰਨਾ ਸਾਰਾ ਕੁਛ ਵਧੀਆ ਹੋਇਆ ਇੰਜੋਏ ਕੀਤਾ ਅਸੀਂ ਸ਼ੂਟਿੰਗ ਜਿਹੜੀ ਹੈਗੀ ਆ ਉਹ ਗੈਲਰੀ 'ਚ ਕੀਤੀ ਸੀ ਵਧੀਆ ਉਹ ਐਕਟਰ ਸੀਗੇ ਬਾਕੀ ਵੀ ਸਾਰੇ ਠਾਕੁਰ ਭੰਗਲ ਸਾਹਿਬ ਹੋਰ ਵੀ ਜਿਹਨਾਂ ਨੇ ਫਿਲਮ ਦੇ ਵਿੱਚ ਕੰਮ ਕੀਤਾ ਉਹਦੀ ਟੀਮ ਵਧੀਆ ਸੀ ਵਧੀਆ ਫਿਲਮ ਬਣੀ ਹੈ ਬਹੁਤ ਚੰਗਾ ਰਹਿ ਜੇ ਜਿਹੜੀਆਂ ਮੈਂ ਪਹਿਲਾਂ ਨੇ ਦੋਨੋਂ ਫਿਲਮਾਂ ਕੀਤੀਆਂ ਸੀ ਉਹਦੇ 'ਚ ਡਰਾਮਾ ਥੋੜ੍ਹਾ ਘੱਟ ਸੀ ਹੈ ਨਾ ਥੋੜ੍ਹੀ ਜਿਹੀ ਮੋਰ ਰਿਅਲਿਸਟਿਕ ਥੋੜ੍ਹੀ ਜਿਹੀ ਮੋਰ ਡਿਫਰੈਂਟ ਸੀ ਇਸ ਪੈਟਰਨ ਤੋਂ ਇਸ ਫਿਲਮ 'ਚ ਉਹ ਫੈਕਟਰ ਵੀ ਹੈਗਾ ਅਤੇ ਉਹਨਾਂ ਨੇ ਨਵਨੀਤ ਹੈਜ਼ ਡੀਲ ਵਿਦ ਇਟ ਡੈਲਟ ਵਿਦ ਇਟ ਇਨ ਅ ਵੈਰੀ ਵੈਰੀ ਬਿਊਟੀਫੁਲ ਵੇ ਹੈ ਨਾ ਬਹੁਤ ਹੀ ਨੋਰਮਲ ਵੇ 'ਚ ਜਦੋਂ ਤੁਸੀਂ ਡਰਾਮਾ ਨੂੰ ਪ੍ਰਜੈਂਟ ਕਰਦੇ ਹੋ ਉਹ ਵੀ ਬਹੁਤ ਰਿਅਲਿਸਟਿਕ ਲੱਗਣ ਲੱਗ ਪੈਂਦਾ ਅਤੇ ਆਈ ਥਿੰਕ ਹੀ ਇਜ਼ ਡਨ ਦੈਟ ਵੈਰੀ ਬਿਊਟੀਫੁਲ ਅਤੇ ਸਰਬੋ ਤੁਹਾਡੇ ਇਸ ਤੋਂ ਪਹਿਲਾਂ ਜੋ ਦੋ ਰੋਲ ਰਹੇ ਨੇ ਤਨਕੌਰ ਦਾ ਅਤੇ ਜੈਸਿਕਾ ਦਾ ਉਹ ਇੰਨੇ ਜ਼ਿਆਦਾ ਗਲੈਮਰਸ ਰੋਲਸ ਨਹੀਂ ਸੀ ਤਨਕੌਰ ਪੁਰਾਣੇ ਜ਼ਮਾਨੇ ਦਾ ਸੀ ਅਤੇ ਜੈਸਿਕਾ ਹਾਊਸ ਵਾਈਫ ਸੀ ਅਤੇ ਇਹਦੇ ਤੁਸੀਂ ਕਾਫੀ ਗਲੈਮਰਸ ਲੁੱਕ ਤੁਹਾਡੀ ਆ ਰਹੀ ਹੈ ਮੂਵੀ ਅਤੇ ਕਿੰਨਾ ਕੁ ਡਿਫਰੈਂਟ ਹੈ ਕਰੈਕਟਰ ਜੈਸਿਕਾ ਤੋਂ ਅਤੇ ਤਨਕੌਰ ਡਿਫਰੈਂਟ ਤਾਂ ਬਹੁਤ ਹੈ ਜੀ ਮਤਲਬ ਕੈਰੇਕਟਰ ਵਾਈਜ਼ ਵੀ ਬਹੁਤ ਡਿਫਰੈਂਟ ਹੈ ਕਿਸ ਟਾਈਮ ਏਰੀਆ 'ਚ ਉਹ ਪਿਚਡ ਸੀ ਉਹ ਵੀ ਬਹੁਤ ਡਿਫਰੈਂਟ ਹੈ ਨਾ
ਤੁਹਾਨੂੰ ਕੋਲ 1940s ਦੀ ਕੁੜੀ ਸੀ, ਤੇਜ਼ ਤਰਾਰ ਸੀ 1940s ਲਈ ਵੀ, ਪੜ੍ਹੀ ਹੋਈ ਸੀ ਉਸ ਟਾਈਮ ਤੋਂ, ਕੁੜੀਆਂ ਨਹੀਂ ਪੜ੍ਹਦੀਆਂ ਲਿਖਦੀਆਂ ਸੀ, ਉਹ ਪੜ੍ਹੀ ਹੋਈ ਕੁੜੀ ਸੀ, ਬਹੁਤ ਅਵੇਅਰ ਸੀ। ਜੈਸਿਕਾ ਬਹੁਤ ਤੇਜ਼ ਸੀ, ਉਹ ਆਪਣੇ ਹਸਬੈਂਡ ਨਾਲ ਵੀ, ਉਹਨਾਂ ਦੀ ਜਿਹੜੀ ਨੋਕ ਚੋਕ ਸੀ ਉਹ ਵੀ ਬਹੁਤ ਰਿਅਲਿਸਟਿਕ ਸੀ, ਬਟ ਥੋੜ੍ਹੀ ਜਿਹੀ ਉਹ ਡੋਮੀਨੇਟਿੰਗ ਜੀ ਵਾਈਫ ਸੀ। ਬਟ ਸੱਗੀ ਉਹ ਜੀ ਨਹੀਂ ਹੈ, ਸੱਗੀ ਇਜ਼ ਦਾ ਕਿਊਟ ਲਵਿੰਗ ਗਰਲ, ਵੈਰੀ ਗਰਲ ਨੈਕਸਟ ਡੋਰ, ਵੈਰੀ ਕੋਈ ਇਹੋ ਜਿਹੀ ਜਿਹਦੇ ਨਾਲ ਤੁਸੀਂ ਦੇਖ ਕੇ ਹੀ ਬਸ ਕਨੈਕਟ ਕਰ ਸਕਦੇ ਹੋ, ਵੈਰੀ ਗਰਾਊਂਡਡ, ਇੰਡੀਪੈਂਡੈਂਟ, ਹਾਰਡ ਵਰਕਿੰਗ, ਤੋ ਸਾਰੀ ਕੁਆਲਿਟੀਜ਼ ਨੇ ਜਿਹੜੀ ਤੁਸੀਂ ਇੱਕ ਯੂ ਨੋ ਕੁੜੀ 'ਚ ਕਹਿੰਦੇ ਹੋ ਬੜ ਕਿਊਟ ਲੁਕਿੰਗ ਗਰਲ, ਔਰ ਨਾਈਸ ਗਰਲ, ਉਹ ਇੱਕ ਨਾਈਸ ਗਰਲ ਕੇ ਕ੍ਰਾਈਟੀਰੀਆ ਮੈਂ ਫਿਟ ਕੀਤੀ ਹੈ। ਅਤੇ ਜਿਵੇਂ ਸਰ ਤੁਸੀਂ ਸ਼ਰੀਫ ਜੋ ਜੱਸੇ ਦਾ ਕਰੈਕਟਰ ਪਲੇ ਕੀਤਾ ਸੀ, ਦੈਟ ਵਾਸ ਆਈ ਬਲੀਵ ਯੋਰ ਬੈਸਟ ਐਵਰ ਫਿਲਮ ਡੇਟ, ਅਤੇ ਬਟ ਉਹਦੇ ਵਾਸਤੇ ਤੁਹਾਨੂੰ ਬੈਸਟ ਐਕਟਰ ਦਾ ਅਵਾਰਡ ਨਹੀਂ ਮਿਲ ਸਕਿਆ, ਅਤੇ ਕੀ ਤੁਹਾਨੂੰ ਉਹ ਚੀਜ਼ਾਂ ਮੋਟੀਵੇਟ ਕਰਦੀਆਂ ਨੇ ਕਿ ਟੂ ਵਰਕ ਯੂ ਮੋਰ ਹਾਰਡਰ ਫੋਰ ਯੋਰ ਨੈਕਸਟ ਰੋਲ ਸੋ ਦੈਟ ਯੂ ਕੈਨ ਗੈਟ ਦੈਟ ਅਵਾਰਡ? ਨਹੀਂ, ਮੈਨੂੰ ਲੱਗਦਾ ਕਿ ਮੈਂ ਜੱਸੇ ਤੋਂ ਇਲਾਵਾ ਵੀ ਹਿੰਦੀ ਫਿਲਮਾਂ ਦੇ ਵਿੱਚ ਇੰਨੇ ਜੇ ਰੋਲ ਕੀਤੇ ਨਾ, ਨਹੀਂ ਪੰਜਾਬੀ ਜਿਹਦੇ ਲਈ ਨੋਮੀਨੇਸ਼ਨ ਪੰਜਾਬੀ ਫਿਲਮਾਂ ਦੇ ਵਿੱਚ ਵੀ ਵੈਸੇ ਗੱਲ ਕਰਾਂ ਤਾਂ ਸ਼੍ਰੀ ਜੱਸਾ ਡੈਫੀਨੇਟਲੀ ਬਹੁਤ ਪਸੰਦ ਆਇਆ ਸੀ, ਬਹੁਤ ਵੀ ਕੀਤੀ ਸੀ। ਮੈਂ ਇਹ ਸੋਚ ਕੇ ਨਹੀਂ ਕੀਤਾ ਸੀਗਾ ਕਿ ਉਹਨੂੰ ਅਵਾਰਡ ਮਿਲੂਗਾ ਜਾਂ ਨਹੀਂ ਮਿਲੂਗਾ ਜਾਂ ਕੁਛ, ਜੇ ਬਾਈ ਚਾਂਸ ਕੋਈ ਨੈਸ਼ਨਲ ਅਵਾਰਡ ਤਾਂ ਮਿਲ ਜੂਗੇ ਵਧੀਆ ਹੋਊਗਾ। ਹਰ ਬੰਦੇ ਨੂੰ ਵਧੀਆ ਲੱਗਦਾ ਵੀ ਕੋਈ ਅਵਾਰਡ ਤੁਹਾਨੂੰ ਮਿਲਦਾ ਹੈ ਜਦੋਂ ਖੁਸ਼ੀ ਹੁੰਦੀ ਹੈ। ਇੱਕ ਵਾਰੀ ਦੁਬਾਰ ਤੋਂ ਉਹ ਜਿਹੜਾ ਕਿਰਦਾਰ ਤੁਸੀਂ ਕੀਤਾ ਹੈ ਜਿਹਦੇ ਲਈ ਤੁਸੀਂ ਮਿਹਨਤ ਕੀਤੀ ਸੀ ਮੇ ਬੀ 2 ਸਾਲ ਪਹਿਲਾਂ ਜਾਂ ਸਮਥਿੰਗ ਲੈ ਲੈ, ਉਸ ਤੋਂ ਬਾਅਦ ਜਾ ਕੇ 2 ਸਾਲਾਂ ਬਾਅਦ ਜਦੋਂ ਫਿਲਮ ਰਿਲੀਜ਼ ਹੁੰਦੀ ਹੈ ਅਤੇ ਲੋਕਾਂ ਨੂੰ ਪਸੰਦ ਆਉਂਦੀ ਹੈ, ਤੁਹਾਨੂੰ ਅਵਾਰਡ ਮਿਲਦਾ, ਇੱਕ ਤਰੀਕੇ ਦੇ ਇੱਕ ਸੈਟਿਸਫੈਕਸ਼ਨ ਮਿਲਦੀ ਹੈ ਤੁਹਾਨੂੰ ਐਜ਼ ਐਨ ਐਕਟਰ ਕਿ ਵੀ ਹਾਂ ਮਿਹਨਤ ਕੀਤੀ ਵੀ ਤੁਸੀਂ ਭਾਵੇਂ ਉਹਨੂੰ ਹੁਣ ਭੁੱਲ ਵੀ ਗਏ ਹੋਵੋਗੇ, ਤੁਸੀਂ ਹੋਰ ਨਵੀਆਂ ਫਿਲਮਾਂ ਕਰ ਰਹੇ ਹੋ, ਤੁਹਾਡੀ ਐਕਸਾਈਟਮੈਂਟ ਉਹਨਾਂ ਦੇ ਵੱਲ ਹੈਗੀ ਹੈ, ਹੁਣ ਵੀ ਆਹ ਮਿਹਨਤ ਕਰ ਰਹੇ ਹਾਂ ਆਪਾਂ, ਸਾਰਾ ਕੁਛ ਹੋ ਰਿਹਾ। ਪਰ ਉਹੀ ਗੱਲ ਹੋ ਜਾਂਦੀ ਹੈ ਵੀ 2 ਸਾਲ ਪਹਿਲਾਂ ਕੀਤੀ ਸੀ, ਇਹਨਾਂ ਦਾ ਭੁੱਲ ਵੀ ਗਿਆ ਸੀਗਾ, ਹੁਣ ਅੱਜ ਦੀ ਡੇਟ 'ਚ ਫਿਲਮ ਰਿਲੀਜ਼ ਹੋਈ, ਉਹਨੂੰ ਅਵਾਰਡ ਮਿਲਦਾ, ਖੁਸ਼ੀ ਹੁੰਦੀ ਹੈ, ਡੈਫੀਨੇਟਲੀ ਹੁੰਦੀ ਹੈ। ਪਰ ਇੰਨਾ ਕੁਛ ਉਹ ਨਹੀਂ ਹੈਗਾ ਕਿ ਮੈਨੂੰ ਨਹੀਂ ਮਿਲਿਆ ਹੈ ਕੁਛ ਵੀ ਹੈਗਾ, ਕਈ ਵਾਰੀ ਤਾਂ ਮੈਂ ਆ ਵੀ ਨਹੀਂ ਸਕਦਾ ਇੱਥੇ, ਅਵਾਰਡਸ 'ਤੇ ਨਹੀਂ ਆ ਸਕਦਾ, ਕਿਸੇ ਹੋਰ ਫਿਲਮ 'ਤੇ ਕੰਮ ਕਰ ਰਹੇ ਹੋ ਤੁਸੀਂ ਜਾਂ ਫਿਰ ਕਿਤੇ ਬਾਹਰ ਹੋ, ਤੁਹਾਨੂੰ ਬਾਹਰ ਕਿਤੇ ਸ਼ੂਟਿੰਗ ਚੱਲ ਰਹੀ ਹੈ ਤੁਹਾਡੀ, ਸੋ ਬੰਦਾ ਪਹੁੰਚ ਵੀ ਨਹੀਂ ਸਕਦਾ ਅੱਧਾ ਟਾਈਮ ਤੱਕ ਅਵਾਰਡ ਫੰਕਸ਼ਨ ਦੇ ਉੱਤੇ। ਪਰ ਜਦੋਂ ਆ ਸਕਦਾ, ਮੈਂ ਇਹ ਵੀ ਨਹੀਂ ਜ਼ਰੂਰੀ ਸਮਝਦਾ ਵੀ ਜੇ ਮੇਰੀ ਇੱਥੇ ਸ਼ੂਟਿੰਗ ਚੱਲ ਰਹੀ ਹੈ ਮੇਰੀ ਨੋਮੀਨੇਸ਼ਨ ਹੈ ਜਾਂ ਨਹੀਂ ਹੈ, ਜਾਂ ਮੇਰੀ ਕੋਈ ਫਿਲਮ ਉਸ ਸਾਲ ਰਿਲੀਜ਼ ਹੋਈ ਹੈ ਜਾਂ ਨਹੀਂ ਹੋਈ ਹੈ, ਜਾਂ ਨੋਮੀਨੇਸ਼ਨ ਹੈ ਨਹੀਂ ਹੈ, ਉਹ ਨਹੀਂ ਮੈਂ ਦੇਖਦਾ। ਮੈਂ ਆ ਸਕਦਾ ਉੱਥੇ ਅਤੇ ਮੈਂ ਕਹਿ ਦਿੰਦਾ ਹੁੰਦਾ ਵੀ ਠੀਕ ਹੈ ਜੀ, ਮੈਂ ਇੱਥੇ ਨੇੜੇ ਤੇੜੇ ਸ਼ੂਟਿੰਗ ਕਰ ਰਿਹਾ। ਅਤੇ ਤੁਸੀਂ ਪੰਜਾਬੀ ਸਿਨੇਮਾ, ਤੁਸੀਂ ਬਹੁਤ ਹੀ ਵੱਡੇ ਸੁਪਰਸਟਾਰ ਹੋ, ਅਤੇ ਤੁਹਾਡੇ ਫੈਨਸ ਦੀ ਹਮੇਸ਼ਾ ਇੱਕ ਸ਼ਿਕਾਇਤ ਰਹਿੰਦੀ ਹੈ ਕਿ ਜਿੰਨੀ ਜੀ ਸਾਲ 'ਚ ਇੱਕ ਅੱਧੀ ਫਿਲਮ ਹੀ ਕਰਦੇ, ਕਦੇ ਕਦੇ ਤਾਂ 2 ਸਾਲ ਲੱਗ ਜਾਂਦੇ ਇੱਕ ਫਿਲਮ ਆਉਣ ਨੂੰ, ਪੂਰੀ ਕੋਸ਼ਿਸ਼ ਕਰਾਂਗਾ ਜੀ। ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਕਿ ਮੈਨੂੰ ਤਾਂ ਬਹੁਤ ਵਧੀਆ ਲੱਗੂਗਾ ਜੇ ਮੈਂ ਇੱਕ ਦੀ ਥਾਂ 'ਤੇ 2 ਜਾਂ 3 ਫਿਲਮਾਂ ਕਹਿੰਦਾ ਸਾਲ 'ਚ। ਮੈਂ ਬਹੁਤ ਇੰਜੋਏ ਕਰਦਾ ਪੰਜਾਬੀ, ਆਪ ਨੂੰ ਥੋੜ੍ਹਾ ਜਿਹਾ ਲੱਗਦਾ ਵੀ ਜੇ 2 ਫਿਲਮਾਂ ਦੀ ਸ਼ੂਟਿੰਗ ਕਰ ਸਕਾਂ 1 ਸਾਲ ਦੇ ਵਿੱਚ ਬਹੁਤ ਵਧੀਆ ਹੋਊਗੀ, ਪਰ ਉਹਦੇ ਲਈ ਉਹਦੀਆਂ ਕੁਛ ਫਿਲਮਾਂ ਆਉਣੀਆਂ ਵੀ ਚਾਹੀਦੀਆਂ, ਆਣੀਆਂ ਆਉਣੀਆਂ ਵੀ ਚਾਹੀਦੀਆਂ। ਤੁਸੀਂ ਸਨੈਪਚੈਟ 'ਤੇ ਵੀ ਬਹੁਤ ਪਾਉਂਦੇ ਹੋ ਉਹਨਾਂ ਨਾਲ ਸੈਲਫੀ ਵਗੈਰਾ,
ਤੇ ਡੋਨਟ ਯੂ ਐਵਰ ਗੈਟ ਜੈਲਸ ਕਿ ਕਰੇ ਜੋ ਉਹ ਲੜਕੀਆਂ ਜ਼ਿਆਦਾ ਪਾਪੂਲਰ ਨੇ? ਨੋ, ਅੱਛਾ, ਆਈ ਲਵ ਇਟ, ਅੱਛਾ, ਆਈ ਲਵ ਇਟ, ਮਤਲਬ ਮੇਰੇ ਤੋਂ ਪੁੱਛੋ ਤਾਂ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ, ਮੇਰੇ ਘਰ ਦੇ ਬਾਹਰ ਹਜ਼ਾਰੋਂ ਕੁੜੀਆਂ ਖੜੀਆਂ ਹੋਣ ਉਹਦੇ ਨਾਲ ਫੋਟੋ ਖਿਚਵਾਉਣ ਲਈ ਜਾਂ ਉਹਨੂੰ ਹੱਗ ਕਰਨ ਲਈ, ਮੈਂ ਤਾਂ ਬਹੁਤ ਖੁਸ਼ ਹੋਵਾਂਗੀ। ਜਦੋਂ ਅਸੀਂ ਕਿਤੇ ਬਾਹਰ ਵੀ ਜਾਂਦੇ ਹਾਂ ਅਤੇ ਕੋਈ ਆਉਂਦਾ ਹੈ ਅਤੇ ਉਹਨੂੰ ਹੱਗ ਕਰਦਾ ਹੈ, ਯੂਨੋ ਇਟਸ ਇਟਸ ਆਊਟ ਆਫ ਲਵ, ਇੰਨਾ ਪਿਆਰ ਕੀਤਾ ਉਹਨਾਂ ਨੇ ਉਹਨੂੰ ਇਸ ਮੁਕਾਮ 'ਤੇ ਪਹੁੰਚਾਇਆ ਹੈ ਨਾ, ਅਤੇ ਜਾਇਜ਼ ਹੈ ਜੀ, ਬੰਦਾ ਇੰਨਾ ਪਿਆਰ ਤਾਂ ਬੰਦਾ ਦਿਖਾਈ ਦਿੰਦਾ, ਕੋਈ ਗੱਲ ਨਹੀਂ। ਮੈਨੂੰ ਤਾਂ ਬਹੁਤ ਚੰਗਾ ਲੱਗਦਾ, ਮੈਂ ਤਾਂ ਕਹਿੰਦੀ ਹਾਂ ਬਸ ਵੱਧਦਾ ਹੀ ਰਹੇ, ਹੋਰ ਕੁਛ ਨਹੀਂ। ਪੰਜਾਬ 'ਚ ਵੀ ਸੇਮ ਚੀਜ਼ ਤੁਹਾਡੇ ਨਾਲ ਇੱਥੇ ਹੁੰਦੀ ਹੈ, ਮੁੰਡੇ ਇੱਥੇ ਤੁਹਾਡੇ ਨਾਲ ਸਾਰਾ ਨਹੀਂ ਰਬ, ਇਟਸ ਮਿਊਚੁਅਲ, ਅਸੀਂ ਦੋਨੋਂ ਇੱਕ ਦੂਜੇ ਨੂੰ ਗਰੋ ਕਰਦਾ ਹੋਇਆ ਨਜ਼ਰ ਦੇਖਣਾ ਚਾਹੁੰਦੇ ਹਾਂ, ਹੈ ਨਾ। ਅਤੇ ਗਰੋਥ ਸਾਡੀ ਇੰਡਸਟਰੀ 'ਚ ਜਿੰਨੇ ਲੋਕ ਸਾਨੂੰ ਪਿਆਰ ਕਰਦੇ ਆ ਉਹਦੇ ਨਾਲ ਹੀ ਹੈ, ਹੈ ਨਾ। ਤੁਸੀਂ ਮੈਨੂੰ ਜ਼ਿਆਦਾ ਪਿਆਰ, ਮੈਨੂੰ 100 ਲੋਕ ਪਿਆਰ ਕਰਦੇ ਨੇ, 1000 ਕਰਦੇ ਨੇ, ਮਿਲੀਅਨਸ ਕਰਦੇ ਨੇ, ਸਾਡੀ ਗਰੋਥ ਵੱਧਦੀ ਹੈ ਨਾ, ਦੈਟਸ ਵਾਟ ਇਟ ਇਜ਼, ਐਂਡ ਵੀ ਵੁੱਡ ਵਾਂਟ ਦ ਇੰਟਾਇਰ ਨੇਸ਼ਨ ਟੂ ਲਵ ਅਸ, ਵਾਈ ਨਾਟ। ਐਂਡ ਤੁਸੀਂ ਕਪਿਲ ਸ਼ਰਮਾ ਸ਼ੋਅ 'ਚ ਇੱਕ ਦੋ ਵਾਰੀ ਆਏ ਹੋ, ਗੈਸਟ ਅਪੀਅਰੈਂਸ ਕੀਤੀ ਹੈ, ਐਂਡ ਫੈਨਸ ਦੀ ਦੁਬਾਰਾ ਦੁਬਾਰਾ ਆਉਣਾ ਚਾਹੋਗੇ? ਅੱਜ ਹੀ ਜਾਣਾ ਸੀ ਪਰ ਮੈਂ ਅੱਜ ਇੱਥੇ ਬਿਜ਼ੀ ਸੀ। ਅੱਛਾ, ਪਰ ਜੇ ਕਦੇ ਟਾਈਮ ਮਿਲਿਆ ਅੱਗੇ ਜਾ ਕੇ ਤਾਂ ਮੈਂ ਜ਼ਰੂਰ। ਅੱਛਾ, ਮਤਲਬ ਓਪਨ ਹੈ? ਹਾਂ, ਆਈ ਲਵ ਡੂਇੰਗ ਇਟ, ਪਰਫੈਕਟ। ਠੀਕ ਹੈ। ਇਹ ਜਿਵੇਂ ਸਰ ਤੁਸੀਂ ਪੰਜਾਬੀ ਫਿਲਮਾਂ ਪ੍ਰੋਡਿਊਸ ਕੀਤੀਆਂ ਹੋਈਆਂ 4, ਅਤੇ ਅੱਗੇ ਹੋਰ ਪਲਾਨਸ ਹੈ ਫਿਲਮਾਂ ਪ੍ਰੋਡਿਊਸ ਕਰਨ? ਦੇਖਦੇ ਹਾਂ ਜੀ, ਜੇ ਹੋ ਸਕਿਆ ਡੈਫੀਨਟਲੀ ਕਰਾਂਗੇ, ਪਰ ਟਾਈਮ ਚਾਹੀਦਾ ਹੁੰਦਾ ਉਹਦੇ ਲਈ। ਮੈਂ ਲੱਗੂਗਾ ਵੀ ਮੈਂ ਜਿਹੜੀ ਫਿਲਮ ਪ੍ਰੋਡਿਊਸ ਕਰ ਰਿਹਾ ਉਹਨਾਂ ਨੂੰ ਉਹਨਾਂ ਟਾਈਮ ਦੇ ਸਕਦਾ। ਅਤੇ ਸਰ ਨੂੰ ਮੈਂ ਤੁਹਾਡਾ ਇੱਕ ਇੰਟਰਵਿਊ ਦੇਖ ਲਿਆ ਸੀ ਜਿਹਦੇ ਤੁਸੀਂ ਕਿਹਾ ਸੀ ਕਿ ਯੂ ਜਸਟ ਹੈਵ ਵਨ ਸੀਨ ਵਿਦ ਯੂ ਗਰਲਫ੍ਰੈਂਡ, ਅਤੇ ਕਦੇ ਕੋਈ ਕਿਸੇ ਤਰ੍ਹਾਂ ਦੀ ਸੈੱਟ ਤੋਂ ਕੋਈ ਵੈਸੇ ਗੱਲ ਸਾਹਮਣੇ ਤਾਂ ਆਈ ਨਹੀਂ, ਬਟ ਕਦੇ ਕੋਈ ਕਿਸੇ ਤਰ੍ਹਾਂ ਦੀ ਕੋਈ ਕੈਟ ਫਾਈਟ ਵਗੈਰਾ ਕਿ ਇਹ ਕੋਸਟਿਊਮ ਮੈਂ ਪਾਉਣਾ ਹੈ ਜਾਂ ਇੱਥੇ ਮੇਰਾ ਸੀਨ ਜ਼ਿਆਦਾ ਵੱਡਾ ਹੋਣਾ ਚਾਹੀਦਾ ਕੁਛ ਇੱਦਾਂ ਦਾ? ਅਸੀਂ ਦੋਵੇਂ ਡਿਫਰੈਂਟ ਕੈਰੈਕਟਰਸ ਨੇ, ਨਾ ਹੀ ਉਹ ਮੇਰਾ ਕੋਸਟਿਊਮ ਪਾ ਸਕਦੇ ਨੇ, ਨਾ ਹੀ ਮੈਂ ਉਹਨਾਂ ਦਾ ਕੋਸਟਿਊਮ ਪਾ ਸਕਦੀ ਹਾਂ, ਯੂਨੋ ਇਹ ਕੋਈ ਮਤਲਬ ਕਹਿਣ ਲਈ ਤਾਂ ਅਸੀਂ ਕੁਛ ਵੀ ਕਹਿ ਸਕਦੇ ਨੇ, ਬਟ ਕੋਈ ਗੱਲ ਵੀ ਤਾਂ ਹੋਣੀ ਚਾਹੀਦੀ ਹੈ ਨਾ ਲੜਨ ਵਾਸਤੇ। ਜ਼ਰੂਰੀ ਨਹੀਂ ਹੈ ਕਿ ਕੋਸਟਿਊਮ ਕਰਕੇ ਹੀ ਪ੍ਰੋਬਲਮ ਹੈ। ਹਾਏ, ਇਹਨਾਂ ਨੇ ਆਪਣੀ ਇੱਕ ਸਟੋਰੀ ਬਣਾਈ ਹੋਈ ਹੈ, ਜਿਸ ਸਟੋਰੀ 'ਚ ਮੈਂ ਔਰ ਨੀਰੂ ਬਹੁਤ ਲੜੇ ਹੋਏ ਨੇ, ਅਤੇ ਅਸੀਂ ਲੜਦੇ ਰਹਿੰਦੇ ਹਾਂ, ਅਤੇ ਅਸੀਂ ਇਕੱਠੇ ਸ਼ੂਟ ਕਰਨ ਨੂੰ ਮਨਾ ਕਰਤਾ, ਅਤੇ ਅਸੀਂ ਪ੍ਰਮੋਸ਼ਨ ਕਰਨ ਨੂੰ ਮਨਾ ਕਰਤਾ, ਤੁਹਾਨੂੰ ਸਾਰਿਆਂ ਨੂੰ ਦੱਸਦਾ ਇਹੋ ਜਿਹਾ ਕੁਛ ਨਹੀਂ। ਆਈ ਲਵ ਨੀਰੂ ਬਾਜਵਾ, ਮੈਨੂੰ ਬਹੁਤ ਚੰਗੇ ਲੱਗਦੇ ਨੇ ਉਹ, ਐਂਡ ਆਈ ਹੈਡ ਗ੍ਰੇਟ ਟਾਈਮ ਵਿਦ ਹਿਮ। ਦੇਖੋ ਬਹੁਤ ਕਾਮਨ ਹੈ ਕਿ ਦੋ ਕੁੜੀਆਂ ਜਦੋਂ ਸੈੱਟ 'ਤੇ ਹੁੰਦੀਆਂ ਨੇ ਤਾਂ ਕੈਟ ਫਾਈਟ ਹੁੰਦੀ ਆ, ਹੈ ਨਾ, ਲੜਨਾ ਹੁੰਦਾ, ਅਤੇ ਸਰਗੁਣ ਕੋਈ ਗੱਲ ਨਹੀਂ, ਕਾਮਨ ਗੱਲ ਹੈ, ਓਨੈਸਟ ਹੋ ਜਾਣਾ ਤੂੰ ਸਰਗੁਣ, ਤੂੰ ਦੱਸ ਦੇ ਸਾਰਿਆਂ ਨੂੰ ਕੀ ਗੱਲ ਹੈ, ਬੋਲ ਦੇ ਕਿ ਤੈਨੂੰ ਅਤੇ ਨੀਰੂ ਨੂੰ ਪ੍ਰੋਬਲਮ ਹੈਗੀ ਆ, ਤੇਰੀ ਵਜ੍ਹਾ ਤੋਂ ਅੱਜ ਨੀਰੂ ਇੱਥੇ ਇਸ ਸੋਫੇ 'ਤੇ ਨਹੀਂ ਬੈਠਾ ਸਾਡੇ ਨਾਲ। ਤੁਹਾਡਾ ਕੋਈ ਸ਼ੋਅ ਡਾਊਨ ਹੋਇਆ ਜਾਂ ਕੋਈ ਫਾਈਟ ਹੋਈ ਹੈ, ਮੈਂ ਇਹਦੇ ਕਰ ਪ੍ਰੋਬਲਮ ਸੀਗੀਆਂ, ਪ੍ਰੋਬਲਮ ਸੀਗੀਆਂ, ਕਹਿ ਦੋ ਵੀ ਪ੍ਰੋਬਲਮ ਸੀਗੀਆਂ, ਉਹ ਡਾਇਰੈਕਟਰ ਨੇ ਸੋਲਵ ਕੀਤੀਆਂ ਤੇ ਸਾਰਾ ਕੁਝ ਹੋਇਆ, ਤੁਸੀਂ ਹੁਣ ਪੁੱਛ ਲੈਣਾ। ਇੱਕ ਟ੍ਰੇਨਰ ਹੋਰ ਬੜਾ ਅੱਛਾ ਐਲੀਮੈਂਟ ਹੈ ਟਫੀ,
ਔਰ ਡੌਗ ਬੜਾ ਪਿਆਰਾ ਉਹ ਉਹਦਾ ਕੀ ਕੁਛ ਕਿੱਦਾਂ ਦਾ ਉਹ ਆਈ ਥਿੰਕ ਆਈ ਥਿੰਕ ਤੁਹਾਡੇ ਦੋਵਾਂ ਦੀ ਬੌਂਡਿੰਗ ਜੋ ਮੈਨੂੰ ਲੱਗ ਰਿਹਾ ਹੈ ਟਫੀ ਕਰਕੇ ਹੀ ਹੋਈ ਹੋਈ ਹੈ ਤੁਸੀਂ ਮਿਲੇ ਹੋਏ ਟ੍ਰੇਲਰ 'ਚ ਇੰਨਾ ਲੱਗ ਰਿਹਾ ਮੂਵੀ ਡਫੀ ਬਹੁਤ ਇੰਟੈਗਰਲ ਪਾਰਟ ਜੀ ਫਿਲਮ ਦਾ ਹੈ ਨਾ ਇਮੋਸ਼ਨ ਸਿਰਫ ਤੁਹਾਡੇ ਬੰਦਿਆਂ ਨਾਲ ਹੀ ਨਹੀਂ ਹੁੰਦੇ ਆ ਤੁਹਾਡੇ ਤੁਹਾਡੇ ਪੈਟਸ ਨਾਲ ਵੀ ਬਹੁਤ ਜ਼ਿਆਦਾ ਜੁੜੇ ਹੁੰਦੇ ਨੇ ਅਤੇ ਇੱਕ ਲੋਨਲੀ ਬੰਦੇ ਲਈ ਆਈ ਥਿੰਕ ਪੈਟ ਇਜ਼ ਔਲਵੇਜ਼ ਅ ਸੇਵੀਅਰ ਅਤੇ ਉਹ ਸਾਰੀ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਹੈ ਫਿਲਮ 'ਚ ਕਨੈਕਟ ਕਰਦੇ ਹੋ ਤੁਸੀਂ ਉਸ ਡੋਗ ਨਾਲ ਵੀ ਕਨੈਕਟ ਕਰਦੇ ਹੋ ਸਾਡੇ ਸਾਰਿਆਂ ਦਾ ਰਿਸ਼ਤਾ ਉਸ ਡੋਗ ਨਾਲ ਵੀ ਹੈਗਾ ਹੈ ਨਾ ਅਤੇ ਉਹ ਕਿੱਦਾਂ ਇਵੋਲਵ ਹੁੰਦਾ ਹੈ ਕੀ ਹੁੰਦਾ ਹੈ ਫਿਲਮ 'ਚ ਬਹੁਤ ਇੰਟੈਗਰਲ ਪਾਰਟ ਹੈ ਉਹ ਫਿਲਮ ਦਾ ਜਿਵੇਂ ਸਰ ਉਹਦੇ ਨਾਲ ਟ੍ਰੇਲਰ 'ਚ ਬਹੁਤ ਸਾਰੀਆਂ ਗੱਲਾਂ ਬਾਤਾਂ ਕਰ ਰਹੇ ਨੇ ਜੀ ਸ਼ੁਕਰ ਹੈ ਤੂੰ ਇਨਸਾਨ ਲਈ ਸ਼ੁਕਰ ਕਰੋ ਇਹਨੇ ਸ਼ੁਕਰ ਕਰੋ ਤੁਸੀਂ ਕਰਦੇ ਹੋ ਹਾਂਜੀ ਬੰਦਾ ਬਣਨਾ ਹੈ ਬੰਦਾ ਬਣਨਾ ਹੈ ਤਾਂ ਖਾ ਨਹੀਂ ਹੁੰਦਾ ਤੇ ਐਨੀ ਫੌਂਡ ਮੈਮਰੀਜ਼ ਯੂ ਕੈਰੀ ਬੈਕ ਫਰੋਮ ਯੋਰ ਜਿੰਦੂਆ ਸੈਟਸ ਐਂਡ ਪ੍ਰੋਮੋਸ਼ਨਸ ਤੋਂ ਕੋਈ ਫੌਂਡ ਮੈਮਰੀ ਉਹਨਾਂ ਦੀ ਫੌਂਡ ਮੈਮਰੀਜ਼ ਪ੍ਰੋਮੋਸ਼ਨਸ ਦੀ ਨਾ ਪੁੱਛੋ ਨਾ ਫੌਂਡ ਮੈਮਰੀਜ਼ ਨਹੀਂ ਮਿਹਨਤ ਕੀਤੀ ਉਸ ਫਿਲਮ ਲਈ ਟ੍ਰੇਲਰ ਬਾਹਰ ਆਇਆ ਗਾਣੇ ਬਾਹਰ ਆਏ ਲੋਕਾਂ ਨੂੰ ਪਸੰਦ ਆ ਰਹੀ ਇੱਕ ਸਮਾਈਲ ਜੀ ਆ ਜਾਂਦੀ ਲੋਕਾਂ ਦੇ ਫੇਸ ਦੇ ਉੱਤੇ ਜਦੋਂ ਗੱਲ ਹੁੰਦੀ ਹੈ ਜਿੰਦੂਆ ਦੇ ਟ੍ਰੇਲਰ ਦੀ ਜਾਂ ਫਿਰ ਕਿ ਵੀ ਬਹੁਤ ਫਰੈਸ਼ ਲੱਗ ਰਿਹਾ ਸਾਰਾ ਕੁਝ ਸੋ ਇਹ ਲੱਗਦਾ ਵੀ ਜੋ ਮਿਹਨਤ ਕੀਤੀ ਸੀਗੀ ਲੋਕਾਂ ਨੂੰ ਪਸੰਦ ਆ ਰਹੀ ਹੈ ਹੋਰ ਉਮੀਦ ਕਰਦੇ ਵੀ ਬਾਕੀ ਦੇ ਵੀ ਜਿਹੜੇ ਗਾਣੇ ਹੁਣ ਆਉਣਗੇ ਤੁਹਾਡੇ ਟੀ ਵੀ 'ਤੇ ਅਤੇ ਬਾਕੀ ਡਾਇਲੋਗ ਪ੍ਰੋਮੋ ਸੀ ਉਹ ਸਾਰਾ ਕੁਝ ਉਹ ਤੋਂ ਵੀ ਉਮੀਦ ਕਰਦੇ ਹਾਂ ਵੀ ਲੋਕਾਂ ਨੂੰ ਉਹ ਪਸੰਦ ਆਉਣਗੇ ਅਤੇ ਫਾਈਨਲੀ 17 ਮਾਰਚ ਨੂੰ ਜਦੋਂ ਫਿਲਮ ਆਉਗੀ ਜਾਏਗਾ ਉਹ ਪਸੰਦ ਕਰਨਗੇ ਅਤੇ ਇੰਜੋਏ ਕਰਨਗੇ ਅਤੇ ਸਰ ਤੁਹਾਡੀ ਕੋਈ ਫੌਂਡ ਮੈਮਰੀਜ਼ ਬਹੁਤ ਫੌਂਡ ਮੈਮਰੀਜ਼ ਨੇ ਜੀ ਪਹਿਲੀ ਵਾਰੀ ਇਸ ਟੀਮ ਨਾਲ ਕੰਮ ਕੀਤਾ ਪਹਿਲੀ ਵਾਰੀ ਜਿਮੀ ਨਾਲ ਕੰਮ ਕੀਤਾ ਇੰਨਾ ਕੰਮ ਦੇਖਿਆ ਮੈਂ ਜਿਮੀ ਦਾ ਹੈ ਨਾ ਇੰਨੀ ਫਿਲਮਾਂ 'ਚ ਦੇਖਿਆ ਉਹਨਾਂ ਨੂੰ ਇੱਕ ਟਾਈਮ 'ਚ ਉਹ ਮੇਰੇ ਮਤਲਬ ਟੀਨੇਜ ਕ੍ਰਸ਼ ਵੀ ਸੀ ਜਦੋਂ ਮੁਹੱਬਤ 'ਚ ਸੀ ਅਤੇ ਅੱਜ ਮੈਂ ਉਹਨਾਂ ਨੂੰ ਰੋਮਾਂਸ ਕਰ ਰਹੀ ਹਾਂ ਫਿਲਮ 'ਚ ਉਹ ਦੀਜ਼ ਆਰ ਆਲ ਮੈਮਰੀਜ਼ ਕਮ ਫਰੋਮ ਦੈਟ ਪੁਆਇੰਟ ਟੂ ਦਿਸ ਫਾਰ ਅਤੇ ਇਟ ਵਿਲ ਆਲਵੇਜ਼ ਬੀ ਅ ਫੌਂਡ ਮੈਮਰੀ ਠੀਕ ਹੈ ਅਤੇ ਜਿੰਦੂਆ ਤੋਂ ਬਾਅਦ ਅਸੀਂ ਤੁਹਾਨੂੰ ਹੋਰ ਕਿਹੜੀ ਕਿਹੜੀ ਮੈਨੂੰ ਪੁੱਛ ਲਓ ਲਾਹੌਰ ਹੀ ਆ ਰਹੀ ਹੈ ਜੀ 12th ਮਈ ਨੂੰ ਹਾਂਜੀ ਉਹਦੀ ਤਾਂ ਡੇਟ ਤਾਂ ਨਾ ਅਨਾਊਂਸ ਹੋ ਗਿਆ ਬਾਕੀ ਸਾਰੇ ਤੁਹਾਨੂੰ ਦੱਸ ਦਾਂਗੇ ਇਸ ਤੋਂ ਇਲਾਵਾ ਜਦੋਂ ਆਓਗੇ ਮੈਂ ਦੱਸ ਦਾਂਗੀ ਤੁਹਾਨੂੰ ਮੈਂ ਹੁਣ ਇਸ ਵੇਲੇ ਸ਼ੂਟਿੰਗ ਕਰ ਰਿਹਾ ਜੀ ਮੁੱਕਾਬਾਜ਼ ਲਈ ਅਨੁਰਾਗ ਕਿਸ਼ਨ ਦੀ ਫਿਲਮ ਹੈ ਦਿੱਲੀ 'ਚ ਸ਼ੂਟਿੰਗ ਚੱਲ ਰਹੀ ਹੈ ਅਤੇ ਉਹਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਇਸ ਤੋਂ ਬਾਅਦ ਮੈਂ ਸਟਾਰਟ ਕਰੂੰਗਾ ਹੈਪੀ ਭਾਗ ਜਾਏਗੀ ਰਿਟਰਨਸ ਅੱਛਾ ਪਾਰਟ 1 ਵਾਸ ਵੈਰੀ ਫਨੀ ਯਾ ਤੇ ਐਂਡ ਜਿਮੀ ਜੀ ਸਰ ਗੁੱਡ ਥੈਂਕ ਯੂ ਸੋ ਮਚ ਫॉर ਬੀਇੰਗ ਔਨ ਟਚ ਆਗੇ ਐਂਡ ਵਿਸ਼ਿੰਗ ਯੂ ਆਲ ਦ ਬੈਸਟ ਫॉर ਥੈਂਕ ਯੂ ਜੀ